ਮਿਹਰਬਾਨੀ 63 ਸਾਲ ਮਦੀਨੇ ਦੀਆਂ ਵਿੱਚ ਗਲੀਆਂ ਇੱਕ ਬਸ਼ਰਮ ਰੱਬੇ ਨੂੰ ਮਾਰ ਡਿੱਠੇ ਕੋਈ ਕੁਝ ਆਖੇ ਕੋਈ ਕੁਝ ਆਖੇ ਉਹ ਮੈਂ ਤੇ ਅਰਸ਼ੀਆਂ ਦਾ ਪੇਸ਼ਵਾ ਡਿੱਠਾ ਸਾਰੇ ਖੁੱਲ ਗਏ ਰਾਜ ਹਕੀਕਤਾਂ ਦੇ ਜਦੋਂ ਮੀਮ ਦੇ ਘੁੰਡ ਨੂੰ ਚਾ ਡਿੱਠੇ ਅਮੀਰ ਸਾਬਰੀ ਵੇਖਦੇ ਨਜ਼ਰ ਵਾਲੇ ਉਹ ਸੈਰ ਕਰਦਾ ਮਦੀਨੇ ਖੁਦਾ ਡਿੱਠਾ ਰੋਟੀ ਲੰਗਰ ਦੀ ਉਹ ਕੀ ਮੈਂ ਤਾਰੀਫ ਕਰਾਂ ਸ਼ਾਹਬਾਜ਼ ਕਲੰਦਰ ਦੀ ਬਿਸਮਿਲਲਾ ਬਹੁਤ ਸ਼ੁਕਰੀਆ ਸਲਾਮਤ ਰਹੋ ਕਾਫੀ ਹੈ ਕਲੰਦਰ ਦੀ ਮਿਹਰਬਾਨੀ ਬਹੁਤ ਸ਼ੁਕਰੀਆ ਜਨਾਬ ਭਾਈ ਗੁਲਾਮ ਸਾਹਿਬ ਹੈ ਰਫੀਕ ਸ਼ਾਹ ਬੁਖਾਰੀ ਲਾਜਪਾਲ ਜ਼ਮਾਨੇ ਕੋਲੋਂ ਪੁੱਛ ਸਕਦਾ ਹੈ ਰਫੀਕ ਸ਼ਾਹ ਬੁਖਾਰੀ ਦਾ ਹਾਸ਼ਮੀ ਕਹਿੰਦਾ ਮੈਂ ਰਫੀਕ ਸ਼ਾਹ ਬੁਖਾਰੀ ਦਾ ਹਾਸ਼ਮੀ ਕਹਿੰਦਾ ਮੈਂ ਸਾਰਾ ਮੁਲਕ ਦਾ ਉਸ ਦਾ ਦੀਵਾਨਾ ਹੈ ਸਾਰਾ ਮੁਲਕ ਦਾ ਉਸ ਦਾ ਦੀਵਾਨਾ ਹੈ ਤੂੰ ਜੰਗ ਵਿੱਚ ਫੈਜ ਕਮਾਲ ਜ਼ਮਾਨੇ ਕੋਲੋਂ ਪੁੱਛ ਸਕਦਾ ਹੈ ਜ਼ਮਾਨੇ ਕੋਲੋਂ ਪੁੱਛ ਸਕਦਾ ਹੈ ਮਿਹਰਬਾਨੀ ਬਹੁਤ ਸ਼ੁਕਰੀਆ ਰਾਜ ਕੇ ਚਪਾਈਏ ਦਮਾਲ ਜ਼ਮਾਨੇ ਕੋਲੋਂ ਪੁੱਛ ਸਕਦਾ ਹੈ ਜ਼ਮਾਨੇ ਕੋਲੋਂ ਪੁੱਛ ਸਕਦਾ ਹੈ ਮਿਹਰਬਾਨੀ ਬਹੁਤ ਸ਼ੁਕਰੀਆ ਜਨਾਬ ਅਬਦੁੱਲਾ ਸਾਹਿਬ ਰਾਜਵੀਰ ਸਾਹਿਬ ਢੋਲਣਾ ਜਨਾਬ ਮਲਕਾ ਸੰਬੱਧੀ ਸਾਹਿਬ ਹੁਣ ਥੋੜ੍ਹਾ ਆਖ ਲੈਣ ਦਿਓ ਮਿਹਰਬਾਨੀ ਮਾਇੰਡ ਨਹੀਂ ਕਰਨਾ ਕਾਸ਼ਪ ਭੱਟੀ ਹੁਣ ਮੈਨੂੰ ਇੱਕੇ ਵਾਰੀ ਦੱਸ ਲਓ ਮੈਂ ਵਿਹਲਾ ਹੋ ਲਵਾਂ
ਨਹੀਂ ਤੁਹਾਡਾ ਠੀਕ ਤਰੀਕਾ ਕੋਈ ਨਹੀਂ ਤੁਸਾਂ ਮਾਰਨੇ ਤੀਰ ਜੁਦਾਈਆਂ ਦੇ ਉਹ ਸਾਡਾ ਪੱਥਰ ਦਾ ਸੀਨਾ ਕੋਈ ਤੇਰੀ ਅੱਖੀ ਦੀ ਕਸ਼ ਮਰਦੀ ਏ ਸਾਡਾ ਜ਼ੇਲ ਕਮੀਨਾ ਕੋਈ ਨਹੀਂ ਤੇਰੀ ਜ਼ਿਆਰਤ ਕੌਣ ਅਵੀਦਾ ਏ ਉਹ ਤੇਰਾ ਸ਼ਹਿਰ ਮਦੀਨਾ ਕੋਈ ਵੱਜਦਾ ਢੋਲ ਪਿਆ ਮਿਹਰਬਾਨੀ ਮੇਰਾ ਚਾਚਾ ਬਹੁਤ ਸ਼ੁਕਰੀਆ ਦੁਬਾਰਾ ਜੀ ਮੈਂ ਨੌਕਰ ਜਨਾਬ ਮਲਕ ਮੁਹੰਮਦ ਅਸ਼ਰਫ ਭੱਟੀ ਸਾਹਿਬ ਸਾਡੇ ਬਜ਼ੁਰਗ ਉਹਨਾਂ ਦੀ ਨਜ਼ਰ ਦੁਬਾਰਾ ਦੌੜਾ ਤੁਸਾਂ ਕਦਰ ਨਾ ਕਰਨੀ ਤੁਸਾਂ ਕਦਰ ਨਾ ਕਰਨੀ ਤੁਹਾਡਾ ਠੀਕ ਤਰੀਕਾ ਕੋਈ ਨਹੀਂ ਤੁਸਾਂ ਮਾਰਦੇ ਉਹ ਤੀਰ ਜੁਦਾਈਆਂ ਦੇ ਉਹ ਸਾਡਾ ਪੱਥਰ ਦਾ ਸੀਨਾ ਕੋਈ ਤੇਰੀ ਅੱਖੀ ਦੀ ਕਸ਼ ਮਰੇਂਦੀ ਏ ਸਾਡਾ ਜ਼ੇਲ ਕਮੀਨਾ ਕੋਈ ਨਹੀਂ ਆਖਰੀ ਗੱਲ ਤੇਰੀ ਜ਼ਿਆਰਤ ਕੌਣ ਅਵੀਂਦਾ ਏ ਉਹ ਤੇਰਾ ਸ਼ਹਿਰ ਮਦੀਨਾ ਕੋਈ ਅਯੇ ਪਰਦੇ ਵਸਣਾ ਦੇ ਤੇ ਤੋੜੇ ਨੀ ਭਾਵੈਂਦਿਆਂ ਕੋਈ ਬੰਦੇ ਚੰਗੀਆਂ ਨਸਲਾਂ ਦੇ ਕੀ ਆਦਾ ਹੈ ਮੌਕਰ ਦੇ ਦੀਵੇ ਛੱਲੇ ਯਾਰ ਖੜੀ ਗਏ ਨੀ ਜਨੀ ਚੜਿਆ ਪੱਤਣ ਖਲੋ ਕੇ ਬਾਬਾ ਸੋਨੀ ਜੀ ਗੁੱਬਰ ਸੋਨੀ ਜੀ ਅਰਜ ਕਰੇ ਜਨੀ ਰੋਕੇ ਦੁਖੀਆਂ ਅਰਜ ਕਰੇ ਜਨੀ ਰੋਕੇ ਉਹ ਕਰਦੇ ਦੀਵੇ ਚੱਲੇ ਯਾਰ ਖੜੀ
ਜਨਾਬ 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 ਜਨਾਬ